ਦੋ ਸਟ੍ਰਾ ਦੇ ਨਾਲ ਇੱਕ ਹੈਰਾਨੀਜਨਕ ਸਪਿਨਰ ਬਣਾਓ। ਇੱਕ 4 ਇੰਚ ਦਾ ਲੰਬਾ ਮੋਟਾ ਸਟ੍ਰਾ ਲਵੋ ਅਤੇ ਇਸ ਨੂੰ ਮੱਧ ਵਿੱਚ ਫੋਲਡ ਕਰ ਲਵੋ। ਲਪੇਟੇ ਕੋਨੇ ਪਹਿਲੇ ਖੱਬੇ ਅਤੇ ਫਿਰ ਸੱਜੇ ਪਾਸੇ ਤੋਂ ਕੱਟ ਕਰੋ। ਖੁੱਲਣ ਤੇ ਤੁਹਾਨੂੰ ਇੱਕ ਸੋਹਣੀ ਹੀਰਾ ਬਣਤਰ ਮੋਰੀ ਦੇਖਣ ਨੂੰ ਮਿਲੇਗੀ। ਫਿਰ ਇੱਕ ਚਿਪਕਣ ਵਾਲੀ ਟੇਪ ਨਾਲ ਸਟ੍ਰਾ ਦੇ ਦੋਵੇਂ ਅੰਤ ਬੰਦ ਕਰ ਦਿਓ। ਅਤੇ ਵਾਧੂ ਟੇਪ ਨੂੰ ਕੱਟ ਦਵੋ। ਤਦ ਇੱਕ ਛੋਟੀ ਮੋਰੀ ਬਣਾਉਣ ਲਈ ਇੱਕ ਅੰਤ ਦੇ ਇੱਕ ਕੋਨੇ ਨੂੰ ਕੱਟ ਦਵੋ ਅਤੇ ਦੂਜੇ ਪਾਸੇ ਦੇ ਬਿਲਕੁਲ ਉਲਟ ਕੋਨੇ ਨੂੰ ਵੀ ਕੱਟ ਕਰ ਦਵੋ। ਫੂਕ ਮਾਰਨ ਵਾਸਤੇ ਇੱਕ ਅੱਧੀ ਸਟ੍ਰਾ ਲਵੋ, ਉਸਦੇ ਇੱਕ ਸਿਰੇ 'ਤੇ ਇੱਕ ਵੀ ਨੋਚ ਕਰ ਲਵੋ। ਹੁਣ ਸਟ੍ਰਾ ਸਪਿਨਰ ਘੁੰਮਣ ਲਈ ਤਿਆਰ ਹੈ। ਫੂਕ ਮਾਰਨ ਵਾਲੀ ਸਟ੍ਰਾ ਦਾ ਵੀ ਨੋਚ ਹਿੱਸਾ ਪ੍ਰੋਪੈਲਰ ਦੇ ਅੰਦਰ ਰੱਖ ਦਿਓ। ਫੂਕ ਮਾਰਨ ਵਾਲੀ ਸਟ੍ਰਾ ਦਾ ਉਹ ਸਿਰਾ ਬੰਦ ਕਰ ਦਿਓ ਅਤੇ ਦੂਜੇ ਪਾਸਿਓਂ ਜ਼ੋਰ ਨਾਲ ਫੂਕ ਮਾਰੋ। ਇਸ ਤਰ੍ਹਾਂ ਇੱਕ ਵਧੀਆ ਘੁੰਮਣ ਵਾਲਾ ਪ੍ਰੋਪੈਲਰ ਤਿਆਰ ਹੋ ਜਾਵੇਗਾ।